ਅਸੀਂ ਫੜਾਉਂਦੇ ਆ ਚਿੱਟੇ ਵਾਲੇ ਜਿਹੜੇ ਵੇਚਦੇ ਆ, ਇਹ ਵੀ ਕਰਦੇ ਆ ਸਰਿਆਮ ਵੇਚੀ ਜਾਂਦੇ ਆ। ਮੈਂ ਕਹਿੰਦਾ ਦਾਖਲ ਹੋ ਜਾਵਾਂਗੇ, ਲੈ ਕਰ ਲਓ। ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਮੰਤਰੀ ਅੱਜ ਦਿਨ ਭਾਸ਼ਣ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਨੇ, ਪਰ ਅਸਲ ਸੱਚ ਤੋਂ ਉਹ ਲੱਗਦਾ ਬੇਖਬਰ ਨੇ। ਨਸ਼ਾ ਅਜੇ ਵੀ ਨੌਜਵਾਨਾਂ ਨੂੰ ਸਿਉਂਕ ਵਾਂਗ ਲੱਗਿਆ ਹੋਇਆ। ਸ਼ਰੇਆਮ ਪੰਜਾਬ 'ਚ ਨਸ਼ਾ ਵਿਕ ਰਿਹਾ ਹੈ। ਸ਼ਮਸ਼ਾਨ ਘਾਟਾਂ ਵਿੱਚ, ਖੇਤਾਂ 'ਚ ਮੋਟਰਾਂ 'ਤੇ ਬੈਠ ਕੇ ਨੌਜਵਾਨ ਚਿੱਟੇ ਦੇ ਟੀਕੇ ਲਗਾਉਂਦੇ ਨੇ। ਇਸੇ ਤਰ੍ਹਾਂ ਦੀ ਹੀ ਸੰਗਰੂਰ ਏਰੀਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨੌਜਵਾਨ ਚਿੱਟੇ ਦੇ ਟੀਕੇ ਲਗਾ ਰਹੇ ਨੇ ਅਤੇ ਇਸ ਨੂੰ ਆਪਣੀ ਮਜਬੂਰੀ ਵੀ ਦੱਸ ਰਹੇ ਨੇ। ਮੈਂ ਤੁਹਾਨੂੰ ਇੰਨੀ ਗੱਲ ਹੀ ਨਾ ਦੱਸਦਾ ਵੀ ਤੁਸੀਂ ਨਿਕਲ ਜਾਓ ਅੰਕਲ, ਮਜਬੂਰੀ ਨੂੰ ਆ ਯਾਰ। ਉਹ ਯਾਰ ਤੁਸੀਂ ਨਾ ਇਹਨੂੰ ਜੇ ਬੰਦ ਕਰ ਦਿਓ, ਘਟਾ ਦਿਓ ਬਾਹਲੀ ਵਧੀਆ ਗੱਲ। ਨਹੀਂ ਘਟਾਇਆ ਅੰਕਲ, ਪਰ ਕੋਈ ਹੁਣ ਇਲਾਜ ਵੀ ਕਰਾਵੇ ਹੋਵੇ ਬੰਦਾ ਮੂਹਰੇ, ਕੋਈ ਪ੍ਰੋਪਰ ਸਾਡਾ ਕਿਹੜਾ ਜੀ ਕਰਦਾ ਵਾ ਛੱਡਣ ਨੂੰ, ਤਾਂ ਹੁਣ ਆ ਦੇਖ ਲਾ ਕਿਹੋ ਜਿਹੇ ਜਿੱਤਾਂ ਕੁੜੀ 'ਚ ਤੁਹਾਡੇ ਵਧੀਆ ਸਰੀਰ ਨੇ, ਤੁਹਾਡੇ ਚੰਗੇ ਘਰਾਂ ਦੇ ਮੁੰਡੇ ਲੱਗਦੇ ਤੁਸੀਂ, ਅਤੇ ਮਜਬੂਰੀ ਨੂੰ ਆ। ਹੁਣ ਗਲ ਪਿਆ ਢੋਲ ਵਜਾਉਣਾ ਪੈਂਦਾ, ਅਗਲਾ ਕਹਿ ਦਿੰਦਾ ਵੀ ਜੀ ਤਾਂ ਕਿਸੇ ਦਾ ਨਹੀਂ ਅੰਕਲ ਕਰਦਾ। ਯਾਰ ਕੈਂਪ ਵੀ ਲਵਾ ਰਿਹਾ ਤੁਹਾਡੇ ਵਾਸਤੇ, ਬੰਦੇ ਅਸੀਂ ਫੜਾਉਂਦੇ ਆ, ਜਾਂ ਤਾਂ ਪ੍ਰੋਪਰ ਮਿਲਣੋਂ ਬੰਦ ਹੋਵੇ ਨਾ ਫੇਰ ਆ, ਜਦੋਂ ਬੰਦੇ ਸਰਿਆਮ ਵੇਚੀ ਜਾਂਦੇ। ਮੇਰੇ ਕਹੇ ਤੋਂ ਨਾ ਇੱਕ ਟਾਈਮ ਦਾ ਘੱਟ ਕਰ ਦੋ ਯਾਰ, ਇੱਕ ਟਾਈਮ ਹੀ ਲਾਉਂਦੇ ਜੀ ਬਾਰ ਬਾਰ। ਤੁਸੀਂ ਮੇਰੇ ਜਵਾਕਾਂ ਵਰਗੇ ਫੜਨ ਵੀ ਬੰਦੇ, ਫੜ ਕੇ ਸਾੜ ਦਿੰਦੇ ਆ, ਉਹ ਸਾਡੇ ਵਰਗਿਆਂ ਨੂੰ ਚੀਜ਼ ਮਹਿੰਗੀ ਹੋ ਜਾਂਦੀ ਆ, ਦੇਣੋਂ ਹਟ ਜਾਂਦੇ ਆ ਬਈ, ਪੰਗਾ ਹੋਰ ਪੈ ਜਾਂਦਾ।